अच्छा मैंने ये दसो कि एक यतीम बच्चा है उन्हें किसी कुड़ी ना मुहब्बत हो गई, ठीक है जी, उसकी मुंडे की माँ मान रही है, कुड़ी की माँ राजी है, पहले बड़ी लड़ाइया हुई, बड़े झगड़े हुए, बड़ा कतलो गारत तक गल पहुंची, कुड़ी नसन तक भी आ गई, बड़ा कुछ होया। उस तो बाद ऐसा ऐसा उन्होंने कहा भी इन्होंने नहीं हटना, कुड़ी के सारे घर के मन गए, मुंडे की माँ फुफिया चाचिया मासिया सारे मन गए। मुंडे का प्यो कहना मैं अपने दोस्त की कुड़ी ना करना। हुण ये दसो भी मुंडा अगर अपने प्यो नूं छड्ड के करदा है तो ये सही आ या मुंडा प्यो की खातर कुड़ी नूं छड्ड दे सही है? प्यो की खातर छड्ड दे ना, जो प्यो कहे उही होना चाहिए, प्यो की खातर कुड़ी नूं छड्ड दे। मैं कहा जी एक यतीम बच्चा, यतीम का तो प्यो ही नहीं हुंदा। तुसीं अस्सलाम वालेकुम सर। सर क्या हाल है? मैं ठीक हूँ भाई। सर ये सेवन न्यूज़ का लोगो है, ये लोगो सेवन न्यूज़ का है, मैं एंकर हूँ। चंगा एंकर है यार, तू टाइम देखा की होया? सर नहीं टाइम तो नहीं मैं देखा की होया, कोई टाइम दे हिसाब ना कोई एंकर होता? नहीं कोई तरीका होता है कोई मतलब? सर तुसी मैनू दसो एक यतीम बच्चा, हाँ, उन्हें किसी कुड़ी ना प्यार हो गया, कुड़ी की वजह ना उन्हें घरों बहुत लड़ाइया झगड़े कुटा किन्ने महीने साल रौला पैंदा रहा, अखीर एंड ते ये बनिया कि जी वो कुड़ी के घर दे भी मन गए, कुड़ी की माँ प्यो भी मन गए, मुंडे का जिहड़ा ना वो माँ भी मन गई, फुफिया चाचिया मासिया सारे मन गए, मुंडे का घरों भी नसन की कोशिश की, मुंडे का प्यो नहीं मन रहा, कहिंदा कि मैं उत्थे करना जिथे मेरी ख्वाहिश आ, अपने एक दोस्त की बेटी ना कहिंदा मैं करना। हुण दसो भी मुंडे नू प्यो की गल मननी चाहिए है कि या कि ਉਹ ਕੁੜੀ ਨੂੰ ਛੱਡ ਕੇ ਪਿਓ ਦੀ ਮਰਨੀ ਚਾਹੀਦੀ ਜਾਂ ਪਿਓ ਦੀ ਪਿਓ ਨੂੰ ਛੱਡ ਕੇ ਉਹਨੂੰ ਵਿਆਹ ਕਰ ਲੈਣਾ ਚਾਹੀਦਾ? ਦੇਖੋ ਗੱਲ ਪਤਾ ਕੀ ਹੈ, ਸਾਡੇ ਬਜ਼ੁਰਗ ਨੇ ਇਹ ਬਾਅਦ 'ਚ ਮੰਨ ਹੀ ਜਾਂਦੇ ਹੁੰਦੇ ਆ, ਉਹਨੂੰ ਵਿਆਹ ਕਰ ਲੈਣਾ ਚਾਹੀਦਾ। ਬਾਪ ਦੀ ਮਤਲਬ ਛੱਡ ਦੇਵੇ ਬਾਪ ਨੂੰ, ਉਹ ਬਾਪ ਛੱਡ ਦੇਵੇ, ਉਹ ਬਾਅਦ 'ਚੋਂ ਬਾਪ ਨੇ ਮਿਲ ਹੀ ਜਾਣਾ, ਦੋ ਚਾਰ ਮਹੀਨੇ ਕੋਈ ਖੂਨ ਇੱਕ ਦੂਜੇ ਤੋਂ ਦੂਰ ਨਹੀਂ ਰਹਿੰਦੇ। ਸਰ ਮੈਂ ਸ਼ੁਰੂ ਤੋਂ ਬਕਵਾਸ ਕੀਤੀ ਸੀ ਕਿ ਇੱਕ ਯਤੀਮ ਬੱਚਾ, ਯਤੀਮ ਬੱਚਾ ਜਿਹੜਾ ਹੁੰਦਾ ਉਹਦਾ ਬਾਪ ਨਹੀਂ ਹੁੰਦਾ। ਆਹੋ ਉਹ ਤੇ ਅਗਰ ਹੁੰਦਾ ਵੀ ਤੇ ਉਹਨੇ ਉਹਦੀ ਖਿਲਾਫ ਗੱਲ ਕਰਨੀ ਸੀ, ਉਹਦੀ ਮਰਜ਼ੀ ਦੇ ਖਿਲਾਫ ਕੋਈ ਕੰਮ ਕਰ ਰਿਹਾ ਸੀ ਤੇ ਉਹਦੇ ਲਈ ਤੇ ਮਾਰ ਹੀ ਗਿਆ ਨਾ। ਤੁਸੀਂ ਪੜ੍ਹਦੇ ਕਿੰਨੀ ਕਲਾਸ ਜੀ? ਮੈਂ ਐਮ ਫਿਲ ਕਰ ਰਿਹਾ। ਐਮ ਫਿਲ ਕਰ ਰਹੇ ਜੇ, ਅਲੀ ਬੇ ਸੁਣਾਓ ਇੱਕੋ ਸਾਥ, ਅਲੀ ਬੇ ਸੁਣਾਓ। ਓ ਯਾਰ ਕੀ ਸਾਰਾ ਅਲੀ ਬੇ ਸੁਣਾਓ ਨਾ, ਤੁਸੀਂ ਐਮ ਫਿਲ ਕਰ ਰਹੇ ਜੇ, ਅਲੀ ਬੇ ਸੁਣਾਓ ਇੱਕੋ ਸਾਥ, ਮਿਹਰਬਾਨੀ ਜ਼ਰਾ ਪਲੀਜ਼, ਤੁਹਾਡੀ ਮਿਹਰਬਾਨੀ। अली बे ते से जी चे, अली बे ते से नहीं, सही अली बे पे ते टे से, अली बे पे ते टे से बेटे। ओ भाई ए जिद्दा दी नहीं नहीं कोशिश करो, अली बे पे ते से डे डे केड़ा हुंदा, डे केड़ा यार तू एम फिल कर रहे अल्लाह दे बंदे, तेनू अली बे दा ही नहीं पता, तेनू बेसिक दा ही नहीं पता, तेनू अली बे नहीं आउंदी, तू मैं एम फिल की अली बे च कर रहे हैं। सर क्या हाल है? अल्लाह दा शुक्र, ਤੁਸੀਂ ਮਾਸ਼ਾਅੱਲਾ ਬੜੇ ਚੰਗੋਟ ਐ ਪਾਣ ਫੜਿਆ ਅੱਜ ਤੇ ਖਾਂਦੇ ਨਹੀਂ, ਧੋਣ ਵਾਲਾ ਧੋ ਕੇ ਖਾਣਾ ਕਰ ਰਹੇ? ਨਹੀਂ ਨਹੀਂ ਖਾਓ ਸਾਰੇ ਨੂੰ, ਮੂੰਹ 'ਚ ਪਾਓ ਜ਼ਰਾ ਫਿਰ ਮਜ਼ਾ ਆਏਗਾ। ਬਸ ਮਿਹਰਬਾਨੀ। ਸਰ ਤੁਹਾਡਾ ਨਾਮ ਕੀ? ਇਮਾਨ। ਤੁਸੀਂ ਮੂੰਹ ਦੇ ਹਿਸਾਬ ਨਾਲ ਵੱਡਾ ਨਹੀਂ ਨਾ ਰੱਖ ਲਿਆ? ਨਹੀਂ ਬੋਸ, ਤੁਹਾਡਾ ਜਿੱਡਾ ਕੁ ਮੂੰਹ ਆ ਤੁਹਾਡਾ ਨਾਂ ਹੁੰਦਾ ਜਿਹਦਾ ਟੀ ਪੀ ਕਿਉਂ ਇੱਦਾਂ ਦਾ ਨਾਂ ਹੋਣਾ ਚਾਹੀਦਾ? ਗੱਲ ਤਾਂ ਵੱਡੀ, ਵੈਸੇ ਤਾਂ ਛੋਟਾ ਜਿਹਾ ਨਾਂ ਹੋਣਾ ਚਾਹੀਦਾ ਕਿ ਟਿਊ ਬਸ। ਹੈਲੋ ਟਿਊ ਉਰੇ ਆ, ਇਹ ਤਾਂ ਵੱਡੀ ਗੱਲ ਹੈ। ਨੁਮਾਨ, ਨੁਮਾਨ ਬਹੁਤ ਵੱਡਾ ਨਾਂ, ਛੋਟਾ ਕਰੋ। ਪੀਪਣੀ ਢੱਕ ਲਈਏ, ਪੀਪਣੀ ਵੀ ਵੱਡਾ, ਪੀ ਇਕੱਲਾ ਇਕੱਲਾ ਪੀ ਪੀ ਪੀ। ਮੈਂ ਹੁਣ ਤੁਹਾਨੂੰ ਪੁੱਛਾਂਗਾ ਤੁਹਾਡਾ ਨਾਂ ਕੀ, ਤੁਸੀਂ ਕਹਿਣਾ ਪੀ। ਸਰ ਤੁਹਾਡਾ ਨਾਂ ਕੀ? ਚੂਚਾ। ਤੁਹਾਡੀ ਉਮਰ ਕਿੰਨੀ? ਮੇਰੀ ਉਮਰ ਹੈ 19 ਸਾਲ। 19 ਸਾਲ? ਸਰ ਖੁਦਾ ਦਾ ਨਾਂ ਲਵੋ, ਤੁਸੀਂ ਘੜੀ ਐਡੀ ਭਾਰੀ ਬੰਨੀ, ਕੱਲ੍ਹ 2 ਵਾਰੀ ਡਿੱਗਾ ਇਹਦੇ ਨਾਲ, ਘੜੀ ਦਾ ਬਦਲੇ। ਤੁਸੀਂ ਇੰਝ ਨਹੀਂ ਰਹਿੰਦੇ ਇਹਦੇ ਨਾਲ? ਸ਼ਾਦੀ ਹੋਈ ਤੁਹਾਡੀ? ਹਾਂਜੀ। ਮਾਸ਼ਾਅੱਲਾ, ਕੀ ਬੰਦਾ ਕੀ ਕੰਮ ਕਰਦਾ ਤੁਹਾਡਾ ਬੰਦਾ? ਅੱਛਾ ਚਲੋ। ਸਰ ਇਹ ਬਹੁਤ ਵਜ਼ਨੀ ਤੁਸੀਂ ਬੰਨੀ ਘੜੀ, ਲਾਹ ਨਹੀਂ ਕਰਦਾ ਇਹਦੀ, ਜਿਹੜੀ ਅੰਦਰ ਸੂਈ ਹੈ ਨਾ, ਸਿਰਫ ਉਹ ਇੱਥੇ ਕਰਕੇ ਨਾ ਕਿਤੇ ਟੇਪ ਨਾ ਲਾਓ, ਬਸ ਉਹਨੂੰ ਆਪਾਂ ਹੀ ਘੰਟੇ ਬਾਅਦ ਅੱਗੇ ਕਰਕੇ ਉੱਥੇ ਟੇਪ ਉੱਥੇ ਲਾ ਲਈ, ਠੀਕ ਹੈ ਨਾ? ਐਡੀ ਵੱਡੀ ਤੁਸੀਂ ਘੜੀ ਬੰਨੀ, ਐਵੇਂ ਗੁੱਟ ਕਢਾ ਲਓਗੇ ਕਿਸੇ? ਅੱਛਾ ਇਹ ਦੱਸੋ ਸਰ ਕਿ ਆਪਣਾ ਐਡੀ ਸਬਜ਼ ਚਾਹ ਹੁੰਦੀ ਹੈ ਕਿਹੜੇ ਰੰਗ ਦੀ ਹੁੰਦੀ? ਇਹ ਪਿੰਕ ਰੰਗ ਦੀ ਹੁੰਦੀ। ਸਬਜ਼ ਉਹਨੂੰ ਕਿਉਂ ਕਹਿੰਦੇ ਤੁਸੀਂ?
ਕਿਉਂਕਿ ਵਿੱਚ ਬਦਾਮ ਵਗੈਰਾ ਉੱਤੇ ਆ ਜਾਂਦੇ ਨਾ ਫਿਰ ਸਬਜ਼ ਹੋ ਜਾਂਦੀ ਬੜੀ ਫਿੱਕੀ ਜੀ ਲੌਜਿਕ ਆ ਯਾਰ ਇਹ ਬਦਾਮ ਉੱਤੇ ਆ ਜਾਂਦੇ ਸਬਜ਼ ਹੋ ਤੇ ਅਕਸਰ ਗ੍ਰੀਨ ਰੰਗ ਦੇ ਬਦਾਮ ਵਿੱਚ ਪਾਉਂਦੇ ਨੇ ਉਹ ਤੇ ਹੁੰਦਾ ਉਹਦਾ ਗ੍ਰੀਨ ਰੰਗ ਦਾ ਕਿਹੜਾ ਬਦਾਮ ਹੁੰਦਾ ਖੁਦਾ ਦਾ ਨਾ ਯਾਰ ਗ੍ਰੀਨ ਰੰਗ ਦਾ ਪਿਸਤਾ ਹੁੰਦਾ ਹੈ ਅਸੀਂ ਤਾਂ ਬਦਾਮ ਹੀ ਕਹਿੰਦੇ ਆ ਪਿਸਤਾ ਹੁੰਦਾ ਜਿੱਦਾਂ ਕੁੜੀ ਵਾਲੇ ਨਹੀਂ ਵੇਖਣ ਆਉਂਦੇ ਪਿਸਤਾ ਮੁੰਡੇ ਵਾਲਿਆਂ ਦੇ ਘਰ ਮੁੰਡੇ ਵਾਲੇ ਕੁੜੀ ਵਾਲਿਆਂ ਦੇ ਘਰ ਪਿਸਤਾ ਵੇਖਣ ਆਉਂਦੇ ਸਰ ਦੇਖੋ ਨਾ ਮੇਰੀ ਗੱਲ ਸੁਣੋ ਨਾ ਇਹ ਦੇਖੋ ਤੁਸੀਂ ਮਤਲਬ ਕਿ ਖਾਂਦੇ ਪੀਂਦੇ ਨਹੀਂ ਕੁਛ ਖਾਣਾ ਪੀਣਾ ਮੈਂ ਬਾਜਰਾ ਖਾਣਾ ਬਾਜਰੇ ਦਾ ਸਿੱਟਾ ਨਹੀਂ ਖਾਲੀ ਬਾਜਰਾ ਬਾਜਰੇ ਦਾ ਸਿੱਟਾ ਤਨਖਾਹ ਕਿੰਨੀ ਹੈ ਮੇਰੀ 30,000 30,000 ਜੀ ਯਾਰ ਤੂੰ 10,000 ਹੀ ਆਪਣੇ ਉੱਤੇ ਲਾ ਲਾ ਅੱਲਾ ਦੇ ਬੰਦੇ ਆਪਣੇ ਉੱਤੇ ਲਾ ਲਾ ਤਾਂ ਫਾਇਦਾ 1,000-2,000 ਹੀ ਲਾ ਲਿਆ ਕਰ ਟੇਪ ਨਾ ਲਾ ਲਿਆ ਕਰ ਉੱਤੇ ਟੇਪ ਨਾ ਪੰਜ ਕੁਝ ਆਪਣੇ ਤੇ ਪੈਸੇ ਲਾਇਆ ਕਰ ਤੁਗਾ ਲਾਏ ਭਾਈ ਬਹੁਤ ਸ਼ੁਕਰੀਆ ਇਹ ਬੂਟਾਂ ਤੇ ਤੇਰਾ ਕੈਮਰਾ ਮਾਰੀ ਉਹਦੇ ਅੱਛਾ ਤੁਸੀਂ ਪੈਰ ਚੁੱਕ ਵੀ ਲੈਂਦੇ ਜੇ ਪਾ ਕੇ ਚੁੱਕੀ ਓਏ ਵਾਹ ਸਰ ਹੈਲੋ ਅਸਲਾਮ ਅਲੈਕੁਮ ਅੱਲਾ ਦੇ ਬੰਦੇ ਇੱਧਰ ਤੇਰਾ ਕੈਮਰਾ ਮਾਰੋ ਇਹ ਲਿਖਿਆ ਫੈਮਿਲੀ ਪਾਰਕ ਖਵਾਤੀਨ ਔਰ ਬੱਚੋਂ ਕੇ ਲੀਏ ਮਨਜਾਨਮ ਟ੍ਰੇਡਰ ਵਿੰਗਸ ਮੂਨ ਮਾਰਕੀਟ ਉਹ ਯਾਰ ਲਿਖਿਆ ਤੇ ਮੈਂ ਕੀ ਕਰਾਂ ਭਾਈ ਨੂੰ ਲਿਖਿਆ ਖਵਾਤੀਨ ਔਰ ਬੱਚੋਂ ਕੇ ਲੀਏ ਇਹ ਦਿਨ ਦੇ ਟਾਈਮ ਹੁੰਦਾ ਭਾਜੀ ਰਾਤ ਨੂੰ ਇੱਥੇ ਜਿਹੜਾ ਮਰਜ਼ੀ ਫਿਰੇ ਰਾਤ ਨੂੰ ਤੇ ਬਿੱਲੀਆਂ ਵੀ ਫਿਰ ਰਹੀਆਂ ਕੁੱਤੇ ਵੀ ਆ ਮੈਨੂੰ ਸਿਰਫ ਤੇਰੇ ਮੋਬਾਈਲ ਦੀ ਟੈਨਸ਼ਨ ਆ ਮੈਂ ਸਿਰਫ ਤੇਰਾ ਕਰਕੇ ਤੇਰਾ ਮੋਬਾਈਲ ਨਾ ਖੋਇਆ ਜਾਏ ਤੂੰ ਮੇਰੇ ਨਾਲ ਲੜੀ ਜਾ ਰਿਹਾ ਕੋ ਉਹ ਯਾਰ ਤੂੰ ਕਿਤੇ ਹੋਰ ਜਾ ਕੇ ਕਰ ਲੈ ਆਪਣਾ ਇੰਟਰਵਿਊ ਤੈਨੂੰ ਸਮਝ ਨਹੀਂ ਲੱਗਣ ਦੀ ਗੱਲ ਕਿੱਥੇ ਜਾ ਕੇ ਕਰ ਲਵਾਂ ਉਹ ਤੇ ਖੁੱਲੀ ਜਗ੍ਹਾ ਤੇ ਜਾਓ ਆ ਜਾ ਮੈਂ ਕਿੱਥੇ ਜਾ ਜਾ ਉੱਥੇ ਕਰ ਕਿਸੇ ਦਾ ਇੰਟਰਵਿਊ ਜਾ ਕੇ ਉੱਥੇ ਥੋੜੇ ਬੰਦੇ ਫਿਰਨ ਡਏ ਮਰਜ਼ੀ ਹੈ ਤੇਰੀ ਉਸਤਾਦ ਚੱਲ ਜਾ ਮੇਰੀ ਕਾਲ ਚੱਲਣ ਡਈ ਹੈਲੋ थोड़ा जा नाल होना तेरा थोड़ा नाल तो सर ਸਰ ਥੋੜਾ ਜਿਹਾ ਨਾਲ ਤੇ ਹੋ ਨਾ ਦੇਖੋ ਤਾਂ ਸਹੀ ਨਾ ਤੁਸੀਂ ਮੈਨੂੰ ਪੂਰੀ ਤਰ੍ਹਾਂ ਤੇ ਬੈਠ ਕੇ ਪਰੇ ਹੋ ਸਾਰਾ ਸਾਰੀ ਜਗ੍ਹਾ ਪਈ ਕੀ ਕਰਨਾ ਇੱਥੇ ਕੀ ਕਰਨਾ ਤੁਸੀਂ ਲੁੱਡੋ ਰੱਖਣੀ ਥੋੜਾ ਨਾਲ ਤੇ ਹੋਵੋ ਨਾ ਸਾਰੇ ਇੱਧਰ ਹੋਰ ਵੀ ਬੰਦੇ ਆ ਰਹੇ ਨੇ ਹਾਂ ਇੱਧਰ ਹੋ ਸਰ ਉੱਥੇ ਕੋਈ ਹੋਰ ਆ ਜਾਂਦਾ ਬੰਦਾ ਹਾਂ ਉਹ ਸਰ ਮੈਂ ਤਾਂ ਅੱਗੇ ਉੱਤਰ ਜਾਣਾ ਇੱਥੇ ਤੁਸੀਂ ਕਿੱਥੇ ਜਾਣਾ ਮੈਂ ਤੇ ਅੱਗੇ ਉਤਰ ਜਾਣਾ ਸਰ ਆਪਾਂ ਕੀ ਠੱਠੀ ਉਤਰ ਜਾਣਾ ਅੱਛਾ ਤੁਸੀਂ ਇਹ ਗਰਮ ਕੀਤੀ ਸੀ ਤੁਸੀਂ ਇਹ ਗਰਮ ਕੀਤੀ ਸੀ ਜਗ੍ਹਾ ਹਾਲਾਂਕਿ ਜਿਸ ਚੀਜ਼ ਨਾਲ ਜਗ੍ਹਾ ਗਰਮ ਹੁੰਦੀ ਉਹ ਤੁਹਾਡੇ ਕੋਲ ਹੈ ਨਹੀਂ ਬਿਲਕੁਲ ਨਹੀਂ ਮੇਰੀ ਜਗ੍ਹਾ ਤੇ ਹੱਡੀਆਂ ਨਾਲ ਨਹੀਂ ਗਰਮ ਹੁੰਦੀ ਕੋਈ ਵੀ ਜਗ੍ਹਾ ਇਹ ਦੇਖੋ ਮੈਂ ਹੁਣ ਗਰਮ ਕਰਾਂਗਾ ਹੁਣ ਇੱਧਰ ਮੇਰਾ ਇੱਦਾਂ ਇੱਦਾਂ ਪਾਸਾ ਮੋੜੋ ਚਲੋ ਕੱਢੋ ਤਾਸ਼ ਹੈ ਤੁਹਾਡੇ ਕੋਲ ਤਾਸ਼ ਅੱਛਾ ਅੱਖਾਂ ਬੰਦ ਕਰਕੇ ਕਿਉਂ ਗੱਲ ਕਰਦੇ ਅੱਖਾਂ ਖੋਲ ਹੁਣ ਹੁਣ ਅੱਖਾਂ ਨਹੀਂ ਬੰਦ ਕਰ ਸਟਾਈਲ ਹੈ ਕਮਜ਼ੋਰੀ ਕਮਜ਼ੋਰੀ ਵੀ ਹੈ ਮੇਰੇ ਸ਼ੁਰੂ ਤੋਂ ਇਹ ਅਲੀ ਇਹ ਮੈਨੂੰ ਅਲੀ ਪੇ ਸੁਣਾਓ ਅਲੀ ਪੇ ਮੈਂ ਸੁਣਾ ਦਿੰਦਾ ਮੈਂ ਉਹਦਾ ਨਾਮ ਕੀ ਹੈ 1,000 ਰੁਪਇਆ ਦੇਵਾਂਗਾ ਯਾਰ ਅਲੀ ਪੇ ਨਹੀਂ ਹੈ ਇਹ ਪੂਰੀ ਅਲੀ ਪੇ ਸੁਣਾ ਦੇ ਅੱਲਾ ਦੀ ਕਸਮ ਹੈ ਤੇਰਾ ਦੇ ਦੇ ਮੈਂ ਸੁਣਾਉਂਦਾ ਮੈਂ ਉਰਦੂ ਬੋਲਦਾ ਤੂੰ ਪੰਜਾਬੀ ਬੋਲਣ ਲੱਗ ਪੈਂਦਾ ਮੈਂ ਪੰਜਾਬੀ ਬੋਲਦਾ ਤੂੰ ਉਰਦੂ ਬੋਲਣ ਲੱਗ ਪੈਂਦਾ ਇੱਕ ਪਾਸੇ ਤਾਂ ਰਹਿ ਮਰਦ ਦੀ ਇੱਕ ਜ਼ਬਾਨ ਹੁੰਦੀ ਹੈ ਹੈ ਸ਼ਾਹਰੁਖ ਓਏ ਤੇਰੀ ਸ਼ਾਹਰੁਖ ਮਰੇ ਅਸਲ ਸ਼ਾਹਰੁਖ ਮੇਰੇ ਦਿਲੋਂ ਲਾ ਤਾਂ ਠਹਿਰ ਇੱਕ ਮਿੰਟ ਚੱਲ ਵੀ ਉਸਤਾਦ ਸ਼ਾਹਰੁਖ ਦਾ ਡਾਇਲੌਗ ਸੁਣਾ ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਪਹਿਲਾਂ ਕਹਿ ਡੌਨ ਕੋ ਪਕੜਨ ਇੱਕ ਮਿੰਟ ਠਹਿਰ ਤੇ ਜਾ ਪਹਿਲੇ ਕਹਿ ਨਹੀਂ ਸੀ ਤੇ ਹੁਣ ਮੇਰੇ ਤੇ ਵੀ ਓਵਰਲੈਪਿੰਗ ਕਰੀ ਜਾ ਰਹੇ ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਡੌਨ ਕੋ ਪਕੜਨਾ ਮੁਸ਼ਕਿਲ ਨਹੀਂ ਮੁਸ਼ਕਿਲ ਨਹੀਂ ਤਰਲੇ ਕਰ ਰਹੇ ਡੌਨ ਕੋ ਪਕੜਨਾ ਮੁਸ਼ਕਿਲ ਨਹੀਂ ਅਬੇ ਡੌਨ ਕੋ ਪਕੜਨਾ ਮੁਸ਼ਕਿਲ ਨਹੀਂ ਨਾ ਮੁਮਕਿਨ ਹੈ ਡੌਨ ਕੋ ਪਕੜਨਾ ਮੁਸ਼ਕਿਲ ਨਹੀਂ ਨਾ ਮੁਮਕਿਨ ਹੈ ਯੈਸ ਥੈਂਕ ਯੂ ਵੈਰੀ ਮਚ ਸ਼ਾਹਰੁਖ ਭਾਈ ਹੱਥ ਮਿਲਾ ਆਪਣਾ ਇੱਕ ਪਾਸੇ ਤੇ ਰਹਿ ਮਰਦ ਦੀ ਇੱਕ ਜ਼ਬਾਨ ਹੁੰਦੀ ਹੈ ਹੈ ਸ਼ਾਹਰੁਖ ਓਏ ਤੇਰੀ ਸ਼ਾਹਰੁਖ ਮਰੇ ਅਸਲ ਸ਼ਾਹਰੁਖ ਮੇਰੇ ਦਿਲੋਂ ਲਾ ਤਾਂ ਠਹਿਰ ਇੱਕ ਮਿੰਟ ਚੱਲ ਵੀ ਉਸਤਾਦ ਸ਼ਾਹਰੁਖ ਦਾ ਡਾਇਲੌਗ ਸੁਣਾ ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਪਹਿਲਾਂ ਕਹਿ ਡੌਨ ਕੋ ਪਕੜਨ ਇੱਕ ਮਿੰਟ ਠਹਿਰ ਤੇ ਜਾ ਪਹਿਲੇ ਕਹਿ ਨਹੀਂ ਸੀ ਤੇ ਹੁਣ ਮੇਰੇ ਤੇ ਵੀ ਓਵਰਲੈਪਿੰਗ ਕਰੀ ਜਾ ਰਹੇ ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ
डॉन को पकड़ना मुश्किल नहीं, मुश्किल नहीं तरले कर रहे हैं, डॉन को पकड़ना मुश्किल नहीं। अबे डॉन को पकड़ना मुश्किल नहीं, नामुमकिन है। डॉन को पकड़ना मुश्किल नहीं, नामुमकिन है। यस, थैंक यू वेरी मच शाहरुख भाई, हाथ मिला।